ਹੈਲੋ ਫਰੈਂਡਸ ਆਬੀਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੀਟੈਟ ਰਿਗਾਰਡਿੰਗ ਡਿਸਕਸ ਕਰਾਂਗੇ ਕਿ ਪੀਟੈਟ ਦੀ ਵੈਲਿਡਿਟੀ ਕੀ ਹੈ ਇਹਦੇ ਕੱਟਆਫ ਮਾਰਕਸ ਜਾਂ ਪਾਸਿੰਗ ਮਾਰਕਸ ਕਿੰਨੇ-ਕਿੰਨੇ ਹੁੰਦੇ ਆ ਤੇ ਪੀਟੈਟ ਦੀ ਵੈਲਿਡਿਟੀ ਕਿੰਨੀ ਹੁੰਦੀ ਹੈ ਅਤੇ ਪੀਟੈਟ 1 ਕਿਨਾ ਵਾਸਤੇ ਹੈ ਪੀਟੈਟ 2 ਕਿਨਾ ਵਾਸਤੇ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਾਂਗੇ ਜੋ ਕਿ ਕਾਫੀ ਬੱਚਾ ਨੂੰ ਡਾਊਟ ਹੈ 올ਓਵਰ ਮੈਕਸਿਮਮ ਬੱਚਾ ਨੂੰ ਪਤਾ ਹੈ ਲੇਕਿਨ ਜਿਹੜੇ ਫਰੈਸ਼ਰਸ ਹੈ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਉਹਨਾਂ ਲਈ ਵੀ ਇਹ ਵੀਡੀਓ ਕਾਫ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹੁੰਦਾ ਮਾਂ ਕਿ ਜੇ ਤੁਸੀਂ ਫਸਟ ਟਾਈਮ ਚੈਨਲ ਤੇ ਵਿਜ਼ਿਟ ਕੀਤਾ ਹੈ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਨਕਲੂਡਿੰਗ ਬੈਲ ਆਈਕਨ ਤੇ ਕਲਿੱਕ ਕਰ ਦੇਣਾ ਫॉर ਫਿਊਚਰ ਅਪਡੇਟਸ ਤਾਂ ਚਲੋ ਦੇਖਦੇ ਹਾਂ ਪੂਰੀ ਇਨਫੋਰਮੇਸ਼ਨ ਦੇਖੋ ਜਿਹੜਾ ਪੀਟੈਟ 1 ਹੈ ਇਹ ਹੁੰਦਾ ਹੈ ਈਟਟ ਡੀਐਲ ਵਾਲਿਆਂ ਵਾਸਤੇ ਅਤੇ ਪੀਟੈਟ 2 ਹੁੰਦਾ ਹੈ ਬੀਐਡ ਵਾਲਿਆਂ ਵਾਸਤੇ ਪੀਟੈਟ ਜਿਹੜਾ 1 ਹੈ ਕਾਫੀ ਬੀਐਡ ਵਾਲੇ ਵੀ ਦਿੰਦੇ ਆ ਲੇਕਿਨ ਜਿਹੜੀ ਹੁਣ ਸਕਰੂਟੀ ਵੈਰਾ ਹੁੰਦੀ ਪਈ ਆ ਉਹਦੇ ਵਿੱਚ ਮੈਂ ਜਿੰਨੇ ਵੀ ਦੇਖਿਆ ਬੀਐਡ ਵਾਲਿਆਂ ਨੂੰ ਪ੍ਰੇਫਰ ਇਦਾਂ ਦਾ ਕੋਈ ਨਹੀਂ ਕਿ ਤੁਸੀਂ ਦੇ ਨਹੀਂ ਸਕਦੇ ਜਿਨ੍ਹਾਂ ਨੇ ਪਹਿਲੇ ਪੀਟੈਟ 2018 ਦਾ ਨਿਕਲੇ ਉਹਨਾਂ ਨੇ ਪੀਟੈਟ 2 ਵਾਲਿਆਂ ਨੇ ਮਤਲਬ ਬੀਐਡ ਵਾਲਿਆਂ ਨੇ ਈਟੀਟੀ ਵਾਲਾ ਪੇਪਰ ਦਿੱਤਾ ਸੀ ਇਹਨਾਂ ਨੂੰ ਸਰਟੀਫਿਕੇਟ ਵੀ ਮਿਲ ਚੁੱਕੇ ਨੇ ਦੂਸਰੀ ਗੱਲ ਕਰਦੇ ਹਾਂ ਕੱਟਆਫ ਦੀ ਦੇਖੋ ਇਹਦੇ ਸਿਰਫ ਕੱਟਆਫ ਵੈਰਾ ਕੁਝ ਨਹੀਂ ਹੁੰਦਾ ਇਹਦੀ ਸਿਰਫ ਪਾਸਿੰਗ ਮਾਰਕਸ ਚਾਹੀਦੇ ਹੁੰਦੇ ਆ ਜਨਰਲ ਦੀ ਗੱਲ ਕਰੀਏ ਜਨਰਲ ਦੇ ਲਈ 90 ਨੰਬਰ ਚਾਹੀਦੇ ਹੁੰਦੇ ਆ 90 ਨੰਬਰ ਤੋਂ ਵੱਧ ਹੈ ਬਹੁਤ ਅੱਛਾ 90 ਤਾਂ ਵੀ ਠੀਕ ਹੈ ਮਤਲਬ ਤੁਸੀਂ ਵੈਲਿਡ ਹੋ ਫॉर ਮਾਸਟਰ ਕੈਡਰ ਮਤਲਬ ਪੀਟੈਟ ਪਾਸ ਕਰਨਾ ਜਸਟ ਇੱਕ ਟਾਡਾ ਤੁਸੀਂ ਐਲੀਜੀਬਲ ਬਣਦੇ ਹੋ ਮਾਸਟਰ ਕੈਟ ਦੇਣ ਦੇ ਲਈ ਉਸ ਤੋਂ ਬਾਅਦ ਅਗਲ ਕਰੀਏ BC SC ST ਦੀ ਇਹਦੇ ਜਿਹੜੇ ਪਾਸੇ ਮਾਰਕਸ ਹੈ ਉਹ ਤੁਹਾਨੂੰ ਚਾਹੀਦੇ ਆ 82 ਨੰਬਰ 81 ਐ ਨਾਟ ਵੈਲਿਡ ਮਤਲਬ ਪਾਸ ਨਹੀਂ ਹੈ ਤੁਸੀਂ ਅਗਰ 82 ਦਾ 82 ਤੋਂ ਵੱਵੈ ਤੁਸੀਂ ਵੈਲਿਡ ਹੋ ਮਾਸਟਰ ਕੈਟ ਦੇਣ ਦੇ ਲਈ ਉਸ ਤੋਂ ਬਾਅਦ ਵੈਲਿਡਿਟੀ ਕਿ ਨਹੀਂ ਹੁੰਦੀ ਹੈ PET ਦੀ ਦੇਖੋ ਪਹਿਲੇ ਜਿਹੜੀ PET ਦੀ ਵੈਲਿਡਿਟੀ ਸੀ ਉਹ 7 ਸਾਲ ਦੀ ਹੁੰਦੀ ਸੀ ਲੇਕਿਨ ਐ NTTSC ਨੇ ਸਰਕੂਲਰ ਕਰਿਆ ਸੀ ਨੀਅਰ ਬਾਊਟ ਸੀ ਟੈਟ ਦਾ ਵੀ ਸੀ ਪੀ ਟੈਟ ਦਾ ਵੀ ਸੀ ਮਤਲਬ ਜਿੰਨੇ ਵੀ ਟੈਟ ਆ ਆਲ ਓਵਰ ਇਹਨਾਂ ਦੀ ਜਿਹੜੀ ਵੈਲਿਡਿਟੀ ਹੈ ਤੁਹਾਡੀ ਲਾਈਫਟਾਈਮ ਕਰਦੀ ਹੈ ਅਗਰ ਇੱਕ ਵਾਰ ਬੱਚੇ ਨੇ ਪੀ ਟੈਟ ਪਾਸ ਕਰ ਲਿਆ ਪਹਿਲੇ ਹੀ ਹੁੰਦਾ ਸੀ 7 ਸਾਲ ਤੋਂ ਬਾਅਦ ਉਹਨੂੰ ਫਿਰ ਤੋਂ ਇਗਜ਼ਾਮ ਦੇਣਾ ਪੈਂਦਾ ਸੀ ਵੈਲਿਡਿਟੀ ਠੀਕ ਹੈ ਜੀ ਐਡ ਕਰਨੇ ਵਾਸਤੇ ਬਟ ਹੁਣ ਕੀ ਹੈ ਕਿ ਪਹਿਲੇ 7 ਸਾਲ ਦੀ ਵੈਲਿਡਿਟੀ ਸੀ 7 ਸਾਲ ਬਾਅਦ ਦਾ ਸਰਟੀਫਿਕੇਟ ਐਕਸਪਾਇਰ ਹੋ ਜਾਂਦਾ ਸੀ ਹੁਣ ਇੱਕ ਵਾਰ ਤੁਸੀਂ ਪੇਪਰ ਦੇ ਦਿੰਦੇ ਹੋ ਪਾਸ ਕਰ ਲੈਂਦੇ ਹੋ ਇਹਦੀ ਵੈਲਿਡਿਟੀ ਤੁਹਾਡੀ ਲਾਈਫਟਾਈਮ ਚੱਲਦੀ ਹੈ ਬਾਰ-ਬਾਰ ਪੀ ਟੈਟ ਦੇਣ ਦੀ ਤਾਂ ਬਾਕੀ ਜਿਨ੍ਹਾਂ ਨੇ PETET ਪਾਸ ਕੀਤਾ ਹੈ ਉਹਨਾਂ ਦੇ ਲਈ ਮਾਸਟਰ ਕੈਟਰਡੀਆਂ ਪੋਸਟਾਂ ਆਊਟ ਹੋ ਗਈਆਂ ਉਹਨਾਂ ਦੇ ਲਿੰਕ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਇਨੇਬਲ ਹੋ ਜਾਣੇ ਹਨ ਜੋ ਕਿ ਨੋਟੀਫਿਕੇਸ਼ਨ ਇਹਨਾਂ ਦਾ ਆਲਰੇਡੀ ਆ ਚੁੱਕਿਆ ਨਿਊਜ਼ਪੇਪਰ ਦੇ ਵਿੱਚ ਤਾਂ ਬਾਕੀ داری ਅਪਡੇਟ ਵਾਸਤੇ ਜ਼ਰੂਰ ਜੁੜੇ ਰਹੋ ਔਰ ਕੋਈ ਵੀ ਕੁਐਸਚਨ ਤੁਹਾਡਾ ਹੁੰਦਾ PETET 1 PETET 2 ਜਾਂ PETET ਦੇ ਰਿਗਾਰਡਿੰਗ ਉਹ ਤੁਹਾਡੇ ਮਾਈਂਡ ਵਿੱਚ ਹੋ ਤੁਸੀਂ ਜ਼ਰੂਰ ਸਾਨੂੰ ਪੁੱਛ ਲੈਣਾ WhatsApp ਤੇ ਮੈਸੇਜ ਕਰਕੇ ਇਦਾਂ ਦੀ ਅਪਡੇਟ ਵਾਸਤੇ ਜ਼ਰੂਰ ਸਾਨੂੰ ਸ਼ੇਅਰ ਵੀ ਕਰਨਾ ਸੋ दैट ਇਹਦੀ ਇਨਫੋਰਮੇਸ਼ਨ ਅਪਟ ਹੋਣਾ ਸ਼ੇਅਰ ਕੀਤੀ ਹੈ ਡਾਊਟਸ ਕਾਫੀ ਬੱਚਿਆਂ ਨੂੰ ਹੈ ਉਹਨਾਂ ਦੇ ਵੀ ਡਾਊ and for your valuable time.